ਮਾੜਾ ਨੀਚੇ ਰੱਖਿਆ ਸ਼ੁਕਰੀਆ ਹੁਣ ਹਾਂਜੀ ਨਾਭੇ ਸ਼ਹਿਰ ਦਾ ਤੇ ਪਟਿਆਲੇ ਦੇ ਵਿੱਚ ਨਾਭੇ ਅਤੇ ਪਟਿਆਲੇ ਦੇ ਵਿੱਚ ਇੱਕ ਅਜਿਹਾ ਇੱਕ ਗਰੋਹ ਇੱਕ ਸਟਾਰਟ ਹੋ ਰਿਹਾ ਜਿਹਦੇ ਵਿੱਚ ਕੁਝ ਨਕਲੀ ਕਿੰਨਰ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਬੱਚਿਆਂ ਦੇ ਬਾਪ ਨੇ ਔਰ ਕਿੰਨਰਾਂ ਦਾ ਬਾਣਾ ਪਾ ਕੇ ਜਿਹੜੇ ਲੁੱਟ ਰਹੇ ਨੇ ਮੇਰੇ ਫੇਸ ਨਹੀਂ ਦਿਖ ਰਿਹਾ ਨੀਚੇ ਉਹਦੇ ਵਿੱਚ ਇੱਕ ਪੰਕਜ ਕੁਮਾਰ ਹੈ ਬੜਾ ਦੁਖੀ ਕੀਤਾ ਮੇਰਾ ਪ੍ਰਾਹੁਣਾ ਸੀ ਕਿ ਮੈਨੂੰ ਹੁਣ ਛੱਡਤਾ ਮੈਨੂੰ ਕੋਈ ਖਰਚਾ ਪਾਣੀ ਨਹੀਂ ਦਿੰਦਾ ਤੇ ਉਹਨੇ ਨਾਲ ਹੀ ਸਾਡੇ ਨਿਕਲੇ ਬੜੇ ਕੁਛ ਦਿਨ ਪਹਿਲਾਂ ਕੁਛ ਟਾਈਮ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਵਾਕਾ ਹੋਇਆ ਸੀ ਫੁਹਾਰਾ ਚੌਂਕ ਦੇ ਵਿੱਚ ਉਹਨਾਂ ਨੇ ਨੰਗੇ ਹੋ ਕੇ ਪਟਿਆਲੇ ਦੇ ਬੜਾ ਜਲੂਸ ਕੱਢਿਆ ਫਿਰ ਮੈਨੂੰ SSP ਸਾਹਿਬ ਪਾਣੀ ਆਈ ਜੀ ਸਾਹਿਬ ਨੇ ਵੀ ਮੈਨੂੰ ਕਿਹਾ ਕਿ ਦੂਜੇ ਕਿੰਨਰਾਂ ਨੂੰ ਤੁਸੀਂ ਇਹਦੇ ਵਿੱਚ ਨਾ ਪੜਨ ਦੇਵੋ ਅਤੇ ਅਸੀਂ ਉਹਦੇ ਵਿੱਚ ਉਹਨਾਂ ਨੂੰ ਹੁਣ ਪਟਿਆਲੇ ਦੇ ਵਿੱਚੋਂ ਬਾਈਕਾਟ ਕਰ ਦਿੱਤਾ ਅਤੇ ਹੁਣ ਉਹ ਨਵੀਆਂ ਨਵੀਆਂ ਅਪਰੋਚ ਲਗਾ ਕੇ ਨਵੇਂ ਨਵੇਂ ਸਾਡਾ ਕ੍ਰਿਟੀਸਾਈਜ਼ ਕਰਕੇ ਸਾਡੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਜਿਹਦਾ ਅਸੀਂ ਵਿਰੋਧ ਕਰ ਰਹੇ ਹਾਂ ਪੂਰਾ ਹਾਈਲਾਈਟ ਕੀਤਾ ਹੋਇਆ ਅਸੀਂ ਉਹਦੀ DGP ਸਾਹਿਬ ਕੋਲ CM ਸਾਹਿਬ ਕੋਲ ਪਟਿਆਲੇ ਦੇ ਕੋਲ ਹਰੇਕ ਪ੍ਰਸ਼ਾਸਨ ਦੇ ਵਿੱਚ ਅਸੀਂ ਉਹ ਗੱਲਬਾਤ ਦੱਸ ਚੁੱਕੇ ਹਾਂ ਸੋ ਮੇਰੀ ਮੀਡੀਆ ਵਾਲਿਆਂ ਨੂੰ ਵੀ ਇਹ ਰਿਕੁਐਸਟ ਹੈ ਕਿ ਉਹਨਾਂ ਲੋਕਾਂ ਨੂੰ ਮੋਟੀਵੇਟ ਨਾ ਕੀਤਾ ਜਾਵੇ ਕਿਉਂਕਿ ਮੁਜ਼ਰਮ ਨੇ ਔਰ ਪਹਿਲਾਂ ਹੀ ਜੇਲ੍ਹ ਕੱਟ ਕੇ ਆਏ ਨੇ ਬੜੇ ਬੜੇ ਫੈਨਸ ਉਹਨਾਂ ਦੇ ਉੱਤੇ ਲੱਗੇ ਹੋਏ ਨੇ ਔਰ ਫਿਲਹਾਲ ਉਹ ਜ਼ਮਾਨਤ ਦੇ ਉੱਤੇ ਬਾਹਰ ਨੇ ਸਿੰਮੀ ਵੀ ਔਰ ਉਹਦੇ ਨਾਲ ਦੇ ਦੋ ਚਾਰ ਸਾਥੀ ਨੇ ਆਪਣਾ ਮਮਤਾ ਸਰੋਜ ਕਾਜਲ ਨੈਨਸੀ ਜਿਨ੍ਹਾਂ ਨੇ ਆਪਣੇ ਬਦਲ ਬਦਲ ਕੇ ਨਾਮ ਰੱਖੇ ਹੋਏ ਨੇ ਔਰ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਪੈਸੇ ਲੁੱਟਣ ਦਾ ਕੰਮ ਕਰਦੇ ਨੇ ਇੱਕ ਮੈਡਮ ਤੋਂ ਤੁਹਾਡੇ ਵੱਲੋਂ ਕੀ ਅਪੀਲ ਕਰਨਾ ਚਾਹੁੰਦੇ ਜੀ ਲੋਕਾਂ ਦੇ ਘਰ ਜਾਂਦੇ ਨੇ ਵੀ ਉਹ ਉਹਨਾਂ ਨੂੰ ਮੇਰੇ ਪਟਿਆਲਾ ਵਾਸੀਆਂ ਅਤੇ ਨਾਭਾ ਵਾਸੀਆਂ ਨੂੰ ਇਹੀ ਮੇਰੀ ਰਿਕੁਐਸਟ ਹੈ ਪੂਰੇ ਪੰਜਾਬ ਵਾਸੀਆਂ ਨੂੰ ਕਿ ਪਹਿਲਾਂ ਵੈਰੀਫਿਕੇਸ਼ਨ ਕੀਤੀ ਜਾਵੇ ਕਿ ਕੌਣ ਆਥੋਰਾਈਜ਼ਡ ਹੈ ਕਿ ਕਿਹਦੇ ਕੋਲ ਸਹੀ ਵਧਾਈ ਜਾਣੀ ਚਾਹੀਦੀ ਅਤੇ ਉਹਦੇ ਕੋਲ ਜਾਣੀ ਚਾਹੀਦੀ ਹੈ ਅਦਰਵਾਈਜ਼ ਜਦ ਤੱਕ ਕੋਈ ਮੇਰੇ ਨਾਲ ਪਟਿਆਲੇ ਦੇ ਵਿੱਚ ਕੋਈ ਮੇਰੇ ਨਾਲ ਨਾ ਗੱਲ ਕਰ ਲਵੇ ਮੇਰੇ ਵਾਲੇ ਏਰੀਏ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਜਿੱਥੇ ਜਿੱਥੇ ਮੇਰਾ ਇਲਾਕਾ ਹੈ ਮੇਰੇ ਪਟਿਆਲੇ ਇਲਾਕਾ ਵਾਲਿਆਂ ਨੂੰ ਮੈਂ ਬੇਨਤੀ ਕਰ ਦੂੰ ਹੱਥ ਜੋੜ ਕੇ ਕਿ ਪਹਿਲਾਂ ਮੇਰੇ ਨਾਲ ਇਨਫੋਰਮ ਕਰਿਆ ਕਰੋ ਘਰ ਘਰ ਦੇ ਵਿੱਚ ਮੇਰੇ ਵਿਜ਼ਿਟਿੰਗ ਕਾਰਡ ਨੇ ਮੇਰੇ ਪੈਂਪਲੇਟਸ ਨੇ ਮੇਰੇ ਐਡਵਰਟਾਈਜ਼ਮੈਂਟ ਹੈ ਮੇਰੇ ਤੋਂ ਬਿਨਾਂ ਉਹਨਾਂ ਨੂੰ ਵਧਾਈ ਨਹੀਂ ਦਿੱਤੀ ਜਾਣੀ ਚਾਹੀਦੀ ਔਰ ਨਾਭੇ ਸ਼ਹਿਰ ਦੇ ਵਿੱਚ ਜੋ ਇਹ ਸਿਲਸਿਲਾ ਚੱਲ ਰਿਹਾ ਉੱਥੇ ਵੀ ਉਹਨਾਂ ਨੇ ਜਿਹੜੇ ਰੀਜਨਲ ਡੇਰੇਦਾਰ ਨੇ ਗੱਦੀ ਨਸ਼ੀਨ ਨੇ ਜਿਹੜੇ ਕਿੰਨਰ ਉਹਨਾਂ ਨੂੰ ਬੜਾ ਪਰੇਸ਼ਾਨ ਕੀਤਾ ਹੋਇਆ ਸੋ ਮੇਰੀ ਪ੍ਰਸ਼ਾਸਨ ਨੇ ਇਹ ਮੰਗ ਹੈ ਕਿ ਉਹਨਾਂ ਦੇ ਉੱਤੇ ਜਲਦੀ ਜਲਦੀ ਕਾਰਵਾਈ ਕਰਕੇ ਉਹਨਾਂ ਨੂੰ ਪਟਿਆਲੇ ਸ਼ਹਿਰ ਅਤੇ ਨਾਭੇ ਸ਼ਹਿਰ ਦੇ ਵਿੱਚੋਂ ਇਹਨਾਂ ਨੂੰ ਦੂਰ ਕੀਤਾ ਜਾਵੇ ਤਾਂ ਕਿ ਆਪਣਾ ਸਾਡਾ ਸ਼ਾਂਤੀ ਪਟਿਆਲੇ ਦੇ ਵਿੱਚ ਔਰ ਨਾਭੇ ਵਿੱਚ ਬਣੀ ਰਹੇ ਮੈਡਮ ਜੇਕਰ ਕਿਸੇ ਦੇ ਘਰ ਉਹ ਮੰਗਣ ਇਸ ਤਰ੍ਹਾਂ ਸਿਰ ਮਾਇਆ ਲੈਣ ਆਉਂਦੇ ਨੇ ਤਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਉਹ ਕਿਸ ਤਰ੍ਹਾਂ ਜਿਹੜਾ ਤੁਹਾਨੂੰ ਅਵੇਅਰ ਕਰਨ ਅਤੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਜਿਹੜੀ ਉਹ ਮਾਇਆ ਲੈਣ ਆਉਂਦੇ ਨੇ ਵੀ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਜਿਹੜਾ ਵੀ ਉਹ ਗੱਦੀ ਮਸ਼ੀਨ ਆ ਆਥੋਰਾਈਜ਼ਡ ਹੈ ਜਿਹੜਾ ਉਹਦੇ ਨਾਲ ਇਨਫੋਰਮ ਕਰਨ ਉੱਥੇ ਦੇ ਲੋਕ ਕਿਉਂਕਿ ਹਰੇਕ ਘਰ ਦੇ ਵਿੱਚ ਸਾਡੇ ਵਿਜ਼ਿਟਿੰਗ ਕਾਰਡ ਨੇ ਸਾਰਿਆਂ ਨੂੰ ਪਤਾ ਕਿ ਕੌਣ ਆਥੋਰਾਈਜ਼ਡ ਹੈ ਕੌਣ ਪੂਰੇ ਲੋਕ ਵੀ ਅਵੇਅਰ ਨੇ ਔਰ ਜਿਹੜੇ ਨਹੀਂ ਨੇ ਮੇਰਾ ਉਹਨਾਂ ਲਈ ਇੱਕ ਮੈਸੇਜ ਹੈ ਕਿ ਪਲੀਜ਼ ਇਹ ਆਪਣਾ ਮੇਰਾ ਮੈਸੇਜ ਸਾਰੇ ਵੱਧ ਤੋਂ ਵੱਧ ਸੁਣੋ ਔਰ ਸਾਰੇ ਜਣੇ ਅਵੇਅਰ ਹੋਵੋ ਔਰ ਨਕਲੀ ਕਿੰਨਰਾਂ ਤੋਂ ਬਚੋ ਔਰ ਇਸ ਤੋਂ ਇਲਾਵਾ ਉਹ ਘਰਾਂ ਦੇ ਵਿੱਚ ਵੜ ਕੇ ਚੋਰੀਆਂ ਵੀ ਕਰਦੇ ਨੇ ਚੈਨਲਾਂ ਵੀ ਚੋਰੀਆਂ ਕਰਦੇ ਨੇ ਮੇਰੇ ਨਾਮ 'ਤੇ ਮੇਰੇ ਘਰ ਦਾ ਐਡਰੈਸ ਦੇ ਦੇ ਕੇ ਉਹਨਾਂ ਨੇ ਨਕਲੀ ਵਿਜ਼ਿਟਿੰਗ ਕਾਰਡ ਬਣਾਏ ਨੇ ਜਿਹਦੀ ਜਾਣਕਾਰੀ ਅਸੀਂ ਆਪਣੇ ਪ੍ਰਸ਼ਾਸਨ ਨੂੰ ਦੇਈ ਹੋਈ ਹੈ ਉਦੋਂ ਦੀ ਇਨਵੈਸਟੀਗੇਸ਼ਨ ਸੇਵਾ ਲਾਈਨ ਥਾਣੇ ਦੇ ਵਿੱਚ ਹੋ ਰਹੀ ਹੈ ਮਹੰਤ ਜੀ ਇੱਕ ਨਾ ਕੱਲ੍ਹ ਪ੍ਰੈਸ ਕਾਨਫਰੰਸ ਰਾਹੀਂ ਉਹਨਾਂ ਨੇ ਇੱਕ ਵੀਡੀਓ ਰਿਕਾਰਡਿੰਗ ਸੁਣਾਈ ਹੈ ਜਿਸ 'ਚ ਉਹਨਾਂ ਨੇ ਦੱਸਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡੀ ਰਿਕਾਰਡਿੰਗ ਆ ਉਹ ਤੁਹਾਨੂੰ ਉਹਨਾਂ ਨੂੰ ਧਮਕਿਆ ਇਹ ਬਿਲਕੁਲ ਝੂਠ ਹੈ ਉਹਨਾਂ ਨੇ ਦੇਖੋ ਇੱਕ ਸਾਨੂੰ ਹਰਟ ਕਰਦੇ ਨੇ ਕੰਪੈਲ ਕਰਦੇ ਨੇ ਕਿ ਸਾਨੂੰ ਬਾੜੋ ਉਹਨਾਂ ਨੇ ਦਰਖਾਸਤਾਂ ਵੀ ਦਿੱਤੀਆਂ ਕਿ ਸਿਮਰਨ ਮਾਨ ਜੀ ਸਾਨੂੰ ਮੰਗਣ ਦਿੱਤੇ ਜਦੋਂ ਹੁਣ ਸਾਡਾ ਪੂਰਾ ਪ੍ਰਸ਼ਾਸਨ ਉਹਨਾਂ ਨੇ ਨੰਗੇ ਹੋ ਕੇ ਜਲੂਸ ਕੱਢੇ ਕਿੰਨਰ ਸਮਾਜ ਦਾ ਕੰਮ ਹੈ ਹੱਥ ਜੋੜ ਕੇ ਵਧਾਈ ਲੈਣੀ ਨਾ ਕਿ ਨੰਗੇ ਹੋ ਕੇ ਵਧਾਈ ਲੈਣੀ ਉਹਨਾਂ ਨੇ ਫੁਹਾਰਾ ਚੌਂਕ ਦੇ ਉੱਤੇ ਨੰਗਾ ਹੋ ਕੇ ਨੰਗਾ ਪ੍ਰਦਰਸ਼ਨ ਕੀਤਾ ਸੋ ਅਸੀਂ ਸਾਡਾ ਮੇਰਾ ਪੂਰਾ ਸਮਾਜ ਇਸ ਚੀਜ਼ ਦੇ ਬਹੁਤ ਖਿਲਾਫ਼ ਹੈ ਜੋ ਉਹਨਾਂ ਨੇ ਆਪਣੀ ਕਾਨਫਰੰਸ ਦੇ ਵਿੱਚ ਉਹ ਬਿਲਕੁਲ ਝੂਠ ਹੈ ਅਤੇ ਉਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਗਰੁੱਪ ਦੇ ਵਿੱਚ ਮੇਰੇ ਚੇਲਿਆਂ ਨਾਲ ਉਹ ਗਾਲੀ ਗਲੋਚ ਕਰਦੇ ਸੀ ਉਸ ਤਰ੍ਹਾਂ ਦੇ ਜਵਾਬ ਉਹਨਾਂ ਨੂੰ ਮੇਰੇ ਚੇਲੇ ਦੇ ਰਹੇ ਸੀ ਔਰ ਉੱਥੇ ਸ਼ਹਿਰ ਵਾਲੇ ਵੀ ਜਿੱਥੋਂ ਵਧਾਈ ਚੋਰੀ ਕਰਕੇ ਲੈ ਕੇ ਗਏ ਉੱਥੇ ਦੇ ਕੌਂਸਲਰ ਨੇ ਮੈਡਮ ਮੈਂ ਉਹਨਾਂ ਦਾ ਨਾਮ ਭੁੱਲ ਗਈ ਹਾਂ ਆਪਣਾ ਕਿਹੜੀ ਕਲੋਨੀ ਸੀ ਉਹ
ਬਾਬਾ ਸਿੰਘ ਕਲੋਨੀ 4 ਨੰਬਰ ਕੱਲ ਉਹਦੇ ਵਿੱਚ ਉਹਨਾਂ ਨੇ ਇਹਨੂੰ ਮੇਰੇ ਚੇਲੇ ਨੂੰ ਵਧਾਈ ਲੈਣ ਗਈ ਸੀ ਪਿੰਕੀ ਮਹੰਤ ਤੇ ਇਹਨੂੰ ਵੀ ਘੇਰਿਆ ਉਹਦੇ ਵਿੱਚ ਜਾ ਕੇ ਇਹਨਾਂ ਨੇ ਇਹਦੇ ਨਾਲ ਹੱਥੋਂ ਪਾਈ ਵੀ ਕੀਤੀ ਜਿਹਦੀ ਮਤਲਬ ਇਹਨਾਂ ਨੇ ਦਰਖਾਸਤ ਵੀ ਦਿੱਤੀ ਜਿਹਦੀ ਹਜੇ ਕੋਈ ਕਾਰਵਾਈ ਨਹੀਂ ਹੋਈ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੋਸਤੋ ਉਹਨਾਂ ਦੇ ਕਹਿਣ ਦਾ ਕੋਈ ਮਕਸਦ ਇਹ ਹੈ ਕਿ ਸਾਨੂੰ ਡੇਰਿਆਂ ਦੇ ਵਿੱਚ ਵਾੜਿਆ ਜਾਵੇ ਹੁਣ 4-4 ਬੱਚਿਆਂ ਦੇ ਬਾਪ ਨੇ ਉਹਨਾਂ ਦੇ ਮੈਡੀਕਲ ਵੀ ਹੋ ਗਏ ਸਾਨੂੰ ਪ੍ਰਸ਼ਾਸਨ ਨਹੀਂ ਅਲਾਊਡ ਕਰਦਾ ਤੇ ਨਾ ਹੀ ਮੇਰਾ ਮੈਨੂੰ ਸਮਾਜ ਅਲਾਊਡ ਕਰਦਾ ਇੱਕ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਪਹਿਲਾਂ ਸਿਮਰਨ ਮਹੰਤ ਜਿਹਦੇ ਨਾਲ ਸੀਗੇ ਤੇ ਮੇਰੇ ਨਾਲ ਤਾਂ ਠੀਕ ਹੈ ਇਹ ਵੈਸੇ ਇੱਕ ਧੱਕਾਸ਼ਾਹੀ ਹੈ ਧੱਕਾਸ਼ਾਹੀ ਨਾਲ ਜਿਵੇਂ ਮਰਜ਼ੀ ਕਦੇ ਮੇਰੇ ਚੇਲੇ ਕਹਿ ਦਿੰਦੇ ਨੇ ਕਦੇ ਗੀਤਾ ਮਹੰਤ ਦੇ ਕਹਿ ਦਿੰਦੇ ਨੇ ਵੀ ਸਾਨੂੰ ਕੋਈ ਨਾ ਕੋਈ ਕਿਤੇ ਬੈਠਣ ਨੂੰ ਜਗ੍ਹਾ ਮੇਰੇ ਖੜਨ ਨੂੰ ਮਿਲ ਜੇ ਬੈਠਣ ਨੂੰ ਸਾਨੂੰ ਆਪੇ ਮਿਲ ਜੂਗੀ ਉਹ ਗੱਲ ਹੈ ਇਹ ਉਹਨਾਂ ਦੀ ਕਾਰਸਥਾਨੀਆਂ ਨੇ ਸੋ ਪੂਰੇ ਪਟਿਆਲਾ ਵਾਸੀਆਂ ਨੂੰ ਮੇਰੇ ਪੂਰੇ ਪ੍ਰਸ਼ਾਸਨ ਨੂੰ ਮੈਂ ਇਹੀ ਅਵੇਅਰ ਕਰਦੀ ਹਾਂ ਕਿ ਉਹਨਾਂ ਲੋਕਾਂ ਤੋਂ ਗੰਦੇ ਝੂਠੇ ਫਰੇਬ ਲੋਕਾਂ ਕੋਲੋਂ ਬਚ ਕੇ ਰਹੋ ਜਿਨ੍ਹਾਂ ਨੇ ਇੱਕ ਧੰਦੇ ਦਾ ਸਾਧਨ ਬਣਾਇਆ ਹੋਇਆ ਸੋ ਅਸੀਂ ਡੇਰਿਆਂ ਦੇ ਵਿੱਚ ਬੈਠੇ ਹਾਂ ਅਸੀਂ ਗੱਦੀ ਨਸ਼ੀਨ ਸਾਡੇ ਬਜ਼ੁਰਗ ਸਾਨੂੰ ਲਿਖ ਕੇ ਦੇ ਕੇ ਗਏ ਨੇ ਗੱਦੀਆਂ ਤੋਂ ਬਿਠਾ ਕੇ ਗਏ ਹੋਏ ਨੇ ਸੋ ਇਸ ਚੀਜ਼ ਦੀ ਇਨਕੁਆਇਰੀ ਇਸ ਚੀਜ਼ ਦੀ ਇਨਵੈਸਟੀਗੇਸ਼ਨ ਇਸ ਚੀਜ਼ ਦੇ ਕਾਗਜ਼ ਪੱਤਰ ਅਸੀਂ ਪ੍ਰਸ਼ਾਸਨ ਨੂੰ ਦਿਖਾ ਚੁੱਕੇ ਔਰ ਪ੍ਰਸ਼ਾਸਨ ਇਸ ਚੀਜ਼ ਦੀ ਇਨਵੈਸਟੀਗੇਸ਼ਨ ਵੀ ਕਰ ਰਿਹਾ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਹੈ ਕੋਈ ਆਈਡੀ ਪ੍ਰੂਫ ਨਹੀਂ ਹੈ ਕੋਈ ਕੁਛ ਨਹੀਂ ਹੈ ਕਈ ਵਾਰਦਾਤਾਂ ਉਹਨਾਂ ਨੇ ਪਟਿਆਲੇ ਸ਼ਹਿਰ 'ਚ ਕੀਤੀਆਂ ਨੇ ਜਿਹਦੇ ਉੱਤੇ ਵੱਖ ਵੱਖ ਤਰ੍ਹਾਂ ਦੇ ਪਰਚੇ ਉਹਨਾਂ ਦੇ ਉੱਤੇ ਦਰਜ ਨੇ ਸੋ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇੱਕ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਜੀ ਕਿ ਸਿਮਰਨ ਮਹੰਤ ਹੈ ਜਿਹੜੇ ਉਹ ਨਕਲੀਆਂ ਅਸੀਂ ਅਸਲੀਆਂ ਕਿ ਇਹਨਾਂ ਦੀ ਵੀ ਟੈਸਟ ਕਰਾਏ ਜਾਣ ਬਿਲਕੁਲ ਝੋਟ ਹੈ ਸਾਡੇ ਤਾਂ ਬਜ਼ੁਰਗ ਬਹੁਤ ਵੱਡੇ ਸਦੀਆਂ ਤੋਂ ਚੱਲਦੇ ਆ ਰਹੇ ਪੀੜ੍ਹੀ ਦਰ ਪੀੜ੍ਹੀ ਸਾਨੂੰ ਗੱਦੀਆਂ ਦੇ ਕੇ ਗਏ ਨੇ ਔਰ ਪਹਿਲਾਂ ਵੀ ਅਸੀਂ ਹਾਈ ਕੋਰਟ ਦੇ ਵਿੱਚ ਪਾਇਆ ਸੀ ਅਸੀਂ ਆਪਣੀ ਇਨਵੈਸਟੀਗੇਸ਼ਨ ਵੀ ਕਰਾਈਆਂ ਸੀ ਅਤੇ ਉਹਨਾਂ ਦੀ ਵੀ ਕਰਾਈਆਂ ਸੀ ਕਿਉਂਕਿ ਪੂਰੇ ਪਟਿਆਲੇ ਦੇ ਪ੍ਰਸ਼ਾਸਨ ਨੂੰ ਪਤਾ ਇਸ ਗੱਲ ਦਾ ਸੋ ਜਿਹੜੇ ਮਾਲਕ ਨੇ ਉਹ ਇਸ ਤਰ੍ਹਾਂ ਹੀ ਕਿਸੇ ਨੂੰ ਗੱਦੀਆਂ ਨਹੀਂ ਦੇ ਦਿੰਦੇ ਸੋ ਅਸੀਂ ਆਪਣਾ ਗੱਦੀ ਨਹੀਂ ਸੀਗੀ ਨਾ ਇਹੋ ਜਿਹੀ ਕੋਈ ਗੱਲ ਨਹੀਂ ਹੈ ਅਸੀਂ ਪੂਰੇ ਜ਼ਿੰਮੇਵਾਰ ਸ਼ਖਸ ਹੈ ਮੇਰੇ ਸਿਟੀਜ਼ਨ ਹੈ ਸੋ ਔਰ ਹੋਰ ਵੀ ਇੰਸਟੀਟਿਊਸ਼ਨ ਦੇ ਨਾਲ ਅਸੀਂ ਜੁੜੇ ਹੋਏ ਹਾਂ ਉਹਨਾਂ ਦਾ ਇੱਕ ਬਦਨਾਮ ਕਰਨਾ ਉਹਨਾਂ ਦਾ ਇੱਕ ਵੈਸੇ ਹੀ ਉਹਨਾਂ ਦੀ ਕੋਈ ਆਪਣੀ ਰੈਪੂਟੇਸ਼ਨ ਨਹੀਂ ਇਸ ਕਰਕੇ ਸਾਰਿਆਂ ਨੂੰ ਬਦਨਾਮ ਕਰਦੇ ਨੇ ਮੇਰੇ ਕਿੰਨਰ ਸਮਾਜ ਨੂੰ ਸੋ ਇਹਨਾਂ ਦੀ ਇਨਵੈਸਟੀਗੇਸ਼ਨ ਦੇਖੋ ਇਹਦਾ ਕੰਮ ਪੁਲਿਸ ਦਾ ਪੁਲਿਸ ਇਹ ਕੰਮ ਕਰ ਰਹੀ ਹੈ ਔਰ ਪੁਲਿਸ ਨੂੰ ਸਭ ਪਤਾ ਅਸੀਂ ਪੁਲਿਸ ਦੇ ਨਾਲ ਬੈਠ ਕੇ ਅਸੀਂ ਮੀਟਿੰਗ ਵੀ ਕੀਤੀ ਸਾਰੇ ਪ੍ਰਸ਼ਾਸਨ ਦੇ ਨਾਲ ਔਰ ਪ੍ਰਸ਼ਾਸਨ ਇਨਵੈਸਟੀਗੇਸ਼ਨ ਕਰ ਹੀ ਰਹੇ ਨੇ ਔਰ ਕੁਛ ਟਾਈਮ ਦੇ ਵਿੱਚ ਕੁਛ ਦਿਨਾਂ ਦੇ ਵਿੱਚ ਇਹ ਮਾਮਲਾ ਤੁਹਾਡੇ ਸਾਹਮਣੇ ਹੋਊਗਾ ਠੀਕ ਹੈ ਜੀ ਬੰਦਾ ਸੀ ਹੁਣ ਇਹ ਜਾਣ ਕੇ ਨਕਲੀ ਮਹੰਤ ਬਣ ਗਿਆ ਇਹਦੀ ਫੋਟੋ ਅੱਜ ਇਹ ਹੈ ਇਹ ਇਸ ਜਿਸ ਨੇ ਆਪਣਾ ਨਾਮ ਸਿੰਮੀ ਮਹੰਤ ਰੱਖਿਆ ਹੋਇਆ ਔਰ ਮੇਰੀ ਬੇਟੀ ਹੈ 5 ਸਾਲ ਦੀ ਇਹ ਅੱਜ ਕੱਲ੍ਹ ਸਾਨੂੰ ਕੁਛ ਵੀ ਨਹੀਂ ਦੇ ਰਿਹਾ ਔਰ ਤੰਗ ਪਰੇਸ਼ਾਨ ਬੜਾ ਕਰ ਰਿਹਾ